ਸ਼ਿਕਾਰ ਦੀ ਸਾਰਿਆਂ ਨੂੰ ਉਮੀਦ ਕਰਦੀ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਐਂਡ ਵੈਲਕਮ ਬੈਕ ਔਨ ਆਰ YouTube ਚੈਨਲ ਨਵਿੰਦਰ ਵਲੌਗਸ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲੇ ਆ ਜੀ ਸਾਰਿਆਂ ਨੂੰ ਬਨਾਰਸ ਬਿਲਕੁਲ ਸਹੀ ਸੁਣਿਆ ਤੁਸੀਂ ਅਸੀਂ ਬਨਾਰਸ ਚੱਲੇ ਆ ਅੱਜ ਸੁਣਿਆ ਸੀ ਬਹੁਤ ਜਣਿਆਂ ਤੋਂ ਕਿ ਬਹੁਤ ਵਧੀਆ ਜਗ੍ਹਾ ਆ ਤੇ ਅੱਜ ਅਸੀਂ ਆਪ ਦੇਖਣ ਚੱਲੇ ਆ ਤੇ ਇੱਛੁਕ ਹੋ ਜੀ ਤੁਸੀਂ ਦੇਖਣ ਨੂੰ ਬਿਲਕੁਲ ਤੇ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ शाम तक या रात तक पहुंच जाएंगे बनारस बाय कार ये सी चल लिया ते बस पहुंचने वाले हां सी ते यार गर्मी बहुत ज्यादा हुई पई है टू मच हुई पई है एसी नाल भी गर्मी बहुत ही लग रही है ते चलो जाके मिलते हैं थोनू बनारस जुड़े रहो साडे नाल व्लॉग च सो एह है जी बनारस दी लोकेशन जिहड़ी दुगरी दे विच मौजूद आ आजो अंदर जाके देखदे आ की खाण पीण नूं नवीं जगह लॉन्च हुई है जिथे मैनूं लगदा पहला बसंत सीगा हां इत्थे ही बसंत सीगा बसंत दी जगह ते नवीं जगह खुली है अंदर चलिए अगे अगे बनारस किटीज भी होंगे ना चल रही है किटी पार्टी ਰੰਗਨ ਸਾਹਿਬ ਲੈ ਰਹੇ ਨੇ ਮੇਕਿੰਗ ਦੀ ਵੀਡੀਓ ਰੀਲ ਵਾਸਤੇ ਵੌਇਸ ਓਵਰ ਕਰੂੰਗੀ ਮੈਂ ਬਾਅਦ ਚ ਵੀ ਤੁਸੀਂ ਚੈੱਕ ਕਰ ਲਓ ਇੰਸਟਾ ਤੇ ਤੇ ਇਧਰ ਬਣ ਗਈ ਜਲੇਬੀ ਤੇ ਤੁਸੀਂ ਇੱਥੇ ਗੋਲ ਗੱਪੇ ਵੀ ਖਾ ਸਕਦੇ ਹੋ ਐਂਡ ਬਹੁਤ ਕੁਝ ਹੋਰ ਵੀ ਦਿਖਾਉਂਦੇ ਆ ਤੁਹਾਨੂੰ ਅਸੀਂ ਕੀ ਕੀ ਆਰਡਰ ਕੀਤਾ ਤੁਸੀਂ ਦੇਖ ਸਕਦੇ ਹੋ ਫਿਰ ਸਾਡੀ ਵਲੌਗ ਦੇ ਵਿੱਚ ਜ਼ਰੂਰ ਚੈੱਕ ਕਰਿਓ ਐਂਡ ਸਿਟਿੰਗ ਅਰੇਂਜਮੈਂਟ ਬਹੁਤ ਵਧੀਆ ਮੈਂ ਅੰਦਰੋਂ ਤੁਹਾਨੂੰ ਦਿਖਾਉਂਦਾ मेनू आप लगी पीने पानी पहला बहुत प्यास लगी इनी गर्मी सी ना बाहर उ जलेबी वाले को दो मिनट कहना लगन गए पानी पी गए टमाटर चाट एंड केड़ी सी यार होर मैं भूल गई बास्केट एंड बास्केट चाट हुण आपां ए देखदे आं इहदे विच की की आ ए रील तुहानूं उहदे च दिखूगी बाकी थोड़ा बहुत मैं तुहानूं ब्लॉग च भी दिखाऊंगी ते आ जाओ आपां चलिए ते आपां ना एंड फर्स्ट मैं ऑर्डर किया इन्हों की स्पेशल बास्केट चाट ये उत्ते मिठा दही फिर कुछ मठिया एंड कुछ सॉसिस एंड अगेन इन्होंने ये उत्ते दही पाया सी जो कि मिठा सी एंड अलग अलग फ्लेवर के नाल इन्हों गार्निश किया एंड हूँ आप करांगे जी इन्हों टेस्ट अपनी बास्केट चाट धनिया देख रहे हो ना सारे इमली दी चटनी पाई है ना अमेजिंग चमच मैं पावा मूह च हम्म
ਇਹਦੇ ਚ ਨਾ ਟਿੱਕੀ ਵੀ ਹੈ ਸਵਾਦਾ ਨਾ ਰੀਲ ਸਾਡੀ ਬਣ ਗਈ ਦੋ ਚੀਜ਼ਾਂ ਹੋਰ ਰਹਿ ਗਈਆਂ ਬਣਾ ਕੇ ਮਿਲਦੇ ਹਾਂ ਅਤੇ ਇਹ ਬਹੁਤ ਜ਼ਿਆਦਾ ਓਵਰਲੋਡਡ ਸੀ ਐਂਡ ਇਹ ਟੇਸਟਿੰਗ ਦਾ ਟਾਈਮ ਸੀ ਐਂਡ ਇਹ ਬਹੁਤ ਜ਼ਿਆਦਾ ਅਮੇਜ਼ਿੰਗ ਸੀ ਇਸ ਤੋਂ ਬਾਅਦ ਮੈਂ ਟਰਾਈ ਕੀਤੀ ਸੀ ਟਮਾਟਰ ਚਾਟ ਜੋ ਕਿ ਆਲਸੋ ਇਹਨਾਂ ਦੀ ਅਗੇਨ ਫੇਮਸ ਡਿਸ਼ ਹੈ ਅਤੇ ਪਹਿਲਾਂ ਮੈਨੂੰ ਲੱਗਿਆ ਸੀ ਕਿ ਕੋਂਬੀਨੇਸ਼ਨ ਥੋੜ੍ਹਾ ਵੀਅਰਡ ਹੈ ਪਰ ਸੇਮ ਇਨਗਰੀਡੀਐਂਟ ਸੀ ਮਿੱਠਾ ਦਹੀਂ ਐਂਡ ਵਿਦ ਸੇਮ ਦਾ ਸੋਸਿਸ ਸੋ ਮੱਠੀ ਦੇ ਨਾਲ ਇਹਨਾਂ ਨੇ ਇਹਨੂੰ ਸਰਵ ਕੀਤਾ ਸੀ ਐਂਡ ਅਨਾਰਦਾਣਾ ਉੱਪਰ ਸਪਰੈਡ ਕੀਤਾ ਸੀ ਅਤੇ ਇਹਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਸੀ ਐਂਡ ਇਸ ਤੋਂ ਬਾਅਦ ਮਿੱਠੇ ਦੀ ਵਾਰੀ ਆਉਂਦੀ ਹੈ ਅਤੇ ਮੈਂ ਟਰਾਈ ਕੀਤੀ ਸੀ ਜਲੇਬੀ ਜੋ ਕਿ ਸੀ ਦੇਸੀ ਘਿਓ ਦੇ ਵਿੱਚ ਅਤੇ ਨਾਲ ਰਬੜੀ ਬਹੁਤ ਜ਼ਿਆਦਾ ਅਮੇਜ਼ਿੰਗ ਸੀ ਇਹ ਅਤੇ ਜਨਾਬ ਮਿੱਠਾ ਦੇਖ ਕੇ ਤਾਂ ਰੁਕ ਨਹੀਂ ਸਕਦੇ ਅਤੇ ਇਹਨਾਂ ਨੇ ਵੀ ਟਰਾਈ ਕੀਤੀ ਅਤੇ ਬਹੁਤ ਅਮੇਜ਼ਿੰਗ ਲੱਗੀ ਲਾਸਟ ਅਸੀਂ ਟਰਾਈ ਕੀਤੀ ਸੀ ਫਲੂਦਾ ਕੁਲਫੀ ਅਤੇ ਕੁਲਫੀ ਦੇ ਉੱਤੇ ਸੀ ਜੀ ਫਲੂਦਾ ਐਂਡ ਰਬੜੀ ਐਂਡ ਇਹਦਾ ਬਣਾਉਣ ਦਾ ਤਰੀਕਾ ਬਹੁਤ ਅਮੇਜ਼ਿੰਗ ਕੀ ਹੈ ਇਹ ਰਬੜੀ ਕੁਲਫੀ ਵਲੌਗ ਬਣ ਰਿਹਾ ਆ ਜਾ ਤੁਸੀਂ ਨਹੀਂ ਖਾਣੀ ਚਲੋ ਅੰਦਰ ਇੱਥੇ ਖਾ ਲਓ ਇੱਥੇ ਖਾ ਲਓ ਇੱਥੇ ਖੜਦੇ ਆ ਜਾ ਮਿੱਠਾ ਹੋਵੇ ਤੇ ਇਹ ਪਹਿਲੇ ਕਹਿੰਦੇ ਪੈਕ ਕਰਾ ਲਓ ਖਾਣ ਦੇ ਜ਼ੋਰ ਦਿੱਤਾ ਇੱਧਰ ਉੱਧਰ ਦੇਖੀ ਖਾ ਲਓ ਬੜਾ ਰੁਕੋ ਜਰਾ ਸਬਰ ਕਰੋ बोला धक्का मुक्की नहीं करने का खंजे पान बनारस वाला खुल जाए बंद अकल का ताला फिर तो ऐसा करे कमाल सीधी कर दे सबकी जा अछोरा गंगा किनारे वाला अछोरा गंगा किनारे वाला बस वी आर एंडिंग दिस वीडियो हियर विद लॉट ऑफ फन ਇਹਨਾਂ ਨੇ ਵੀ ਬਹੁਤ ਮਜ਼ਾ ਕੀਤਾ ਸੀ ਤੇ ਆਪਾਂ ਐਸੀ ਆ ਵਾਲੇ ਬਨਾਰਸ ਵੀ ਅਸੀਂ ਉਹ ਬਨਾਰਸ ਵੀ ਸੀਗੇ ਵੀਡੀਓ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਹੋਪ ਸੋ ਵੀਡੀਓ ਬਹੁਤ ਵਧੀਆ ਲੱਗੀ ਬਹੁਤ ਇੰਜੋਏ ਅਸੀਂ ਵੀ ਕੀਤਾ ਤੁਸੀਂ ਵੀ ਕੀਤਾ ਨਾ ਆ ਵਾਲਾ ਵਲੌਗ ਥੋੜਾ ਡਿਫਰੈਂਟ ਸੀ ਤੇ ਮਜ਼ਾ ਜ਼ਰੂਰ ਆਇਆ ਹੋਗਾ ਚੈਨਲ ਸਬਸਕ੍ਰਾਈਬ ਕਰਿਓ ਥੈਂਕ ਯੂ ਸੋ ਮਚ